ਔਰ ਹਿੱਤ ਧਾਰ ਕੇ ਮਿਲਣਾ ਤੇ ਜੋ ਛਕਣਾ ਵੰਡ ਕੇ ਛਕਣਾ, ਲੁਕੋ ਕੇ ਨਹੀਂ ਛਕਣਾ। ਸਤ ਸੰਗਤ ਜੀ ਦੇਖ ਲੋ ਦੁਆਪਰ ਦੇ ਅੰਦਰ ਕਿੱਡੀ ਵੱਡੀ ਸਜ਼ਾ ਪਾਈ ਸੁਦਾਮੇ ਨੇ ਵਿਚਾਰੇ ਨੇ, ਭਾਵੇਂ ਮਗਰੋਂ ਸਭ ਪਦਾਰਥ ਦੇ ਤੇ ਭਗਵਾਨ ਨੇ ਉਹ ਲੁਕੋ ਕੇ ਦਾਣੇ ਚੱਬਦਾ ਸੀ। ਜਦੋਂ ਸੰਦੀਪਨ ਗੁਰੂ ਨੇ ਸਤ ਸੰਗਤ ਬਾਹਰ ਲੱਕੜੀਆਂ ਚੁਗਣ ਵਾਸਤੇ ਭੇਜੇ ਜੰਗਲ ਵਿਚ, ਦੋਨੋ ਹੀ ਚਲੇ ਗਏ, ਕ੍ਰਿਸ਼ਨ ਵੀ ਗਿਆ, ਸੁਦਾਮਾ ਵੀ, ਬ੍ਰਾਹਮਣ ਵੀ ਗਿਆ, ਕੋਲੇ ਸਤ ਸੰਗਤ ਦਾਣੇ ਸੀ ਬੁੱਕਲ ਵਿਚ, ਹੌਲੀ ਕੁ ਦੇ ਮੂੰਹ ਚ ਪਾ ਲਿਆ ਕਰੇ ਵੀ ਕ੍ਰਿਸ਼ਨ ਨੂੰ ਨੀ ਦੇਣੇ, ਹੋਰ ਮੈਂ ਕੱਲਾ ਹੀ ਚੱਬਣੇ। ਜਿਸ ਵੇਲੇ ਸਤ ਸੰਗਤ ਕ੍ਰਿਸ਼ਨ ਤਾਂ ਫਿਰ ਵੀ ਅੰਤਰਜਾਮੀ ਸੀ, ਪੁੱਛਿਆ ਬਾਹਮਣਾ ਕੀ ਖਾਨਾ, ਕਹਿੰਦਾ ਪਾਲੇ ਨਾਲ ਦੰਦ ਵੱਜਦੇ ਆ ਮੇਰੇ, ਕਹਿੰਦਾ ਇਉਂ ਨੀ ਕਿਹਾ ਵੀ ਮੈਂ ਦਾਣੇ ਚੱਬਦਾ, ਭਾਵ ਉਹ ਲਕੋਏ ਦਾਣੇ, ਕਹਿੰਦਾ ਜਾਓ ਦਲਿਦਰੀਆ। ਇਹੋ ਜਿਹਾ ਦਰਿਦਰ ਪਿਆ ਸਤ ਸੰਗਤ ਜੀ, ਲਾਗੂ ਹੋਈ ਬਾਹਮਣੀ ਇਹੀ ਜੀ ਸਤ ਸੰਗਤ ਪਿਛਲਕ ਬਾਹਮਣੀ ਇਹਦੀ ਹੋਈ, ਕਹਿਣ ਲੱਗੀ ਦੱਸ ਤੂੰ ਸਾਥੀ ਹੋਵੇ ਕ੍ਰਿਸ਼ਨ ਦਾ, ਬਾਲਕ ਬਸਤਾ ਦਾ, ਦਰਿਦਰ ਆਪਣੇ ਘਰ ਹੋਵੇ, ਮਿਲ ਜਗਦੀਸ਼ ਦਰਿਦਰ ਗਵਾਏ, ਭਾਈ ਗੁਰਦਾਸ ਨੇ ਲਿਖਿਆ ਆ ਕੇ ਸਤ ਸੰਗਤ ਜੀ ਬੇਨਤੀਆਂ ਕੀਤੀਆਂ, ਉਹ ਕੱਚੇ ਚੌਲ ਹੀ ਪ੍ਰਵਾਨ ਕੀਤੇ, ਇਹਦੀ ਗਠੜੀ ਗੱਠ ਚ ਬੰਨੇ ਹੋਏ ਸੀ, ਇੱਕ ਛਿਨਵੇ ਸਤ ਸੰਗਤ ਚਾਰ ਪਦਾਰਥ ਸੁਖ ਚ ਪਠਾਏ, ਸੰਕੋਚ ਕੇ ਸੋਨੇ ਦੇ ਮਹਿਲ ਬਣਾ ਕੇ ਰੱਖਦੇ ਦੁਆਰਕਾ ਦੇ ਅੰਦਰ। ਸੋ ਇੱਕ ਕੱਲਾ ਖਾਣਾ ਚਾਹੁੰਦਾ ਸੀ ਦਾਣੇ ਚੱਬਣੇ, ਸਜ਼ਾ ਕਿੰਨੀ ਮਿਲੀ ਸਤ ਸੰਗਤ ਦਰਿਦਰ ਭੋਗਿਆ ਇਸਨੇ। ਕਦੇ ਵੀ ਕੱਲਾ ਖਾ ਕੇ ਖੁਸ਼ ਨਾ ਹੋਵੇ, ਵੰਡ ਕੇ ਛਕੇ ਸਿੱਖ।